ਵੇਖੋ ਜੀ ਨਿਸ਼ਾਨ ਸਾਹਿਬ ਚਲਾਉਣ ਵਾਲੇ ਅਸਲ ਸਰਦਾਰ ਹੁੰਦੇ ਨੇ ਨਿਸ਼ਾਨ ਸਾਹਿਬ ਨੂੰ ਨਫ਼ਰਤ ਕਰਨ ਵਾਲੇ ਗਦਾਰ ਹੁੰਦੇ ਨੇ ਜਿਹੜੇ ਨਿਸ਼ਾਨ ਸਾਹਿਬ ਚਲਾਉਂਦੇ ਨੇ ਉਹ ਅਸਲ ਸਰਦਾਰ ਹੁੰਦੇ ਨੇ ਜਿਹੜੇ ਨਿਸ਼ਾਨ ਸਾਹਿਬ ਦੀ ਇੱਜ਼ਤ ਨਹੀਂ ਕਰਦੇ ਉਹਨੂੰ ਚੰਗਾ ਨਹੀਂ ਸਮਝਦੇ ਉਹ ਗਦਾਰ ਹੁੰਦੇ ਨੇ ਨਿਸ਼ਾਨੀ ਦਾ ਝੰਡਾ ਵੀ ਮੈਨੂੰ ਫੜਾਇਆ ਗਿਆ ਉਹ ਵੀ ਉੱਪਰ ਮੈਂ ਲਹਿਰਾਇਆ ਤੇ ਕੇਸਰੀ ਵੀ ਫੜਾਇਆ ਗਿਆ ਉਹ ਵੀ ਲਹਿਰਾਇਆ ਲਹਿਰਾਇਆ ਗਿਆ ਜੀ ਕੋਈ ਇਹੋ ਜੀ ਨਫ਼ਰਤ ਨਹੀਂ ਆਪਣੇ ਅੱਜ ਵੀ ਸਤਕਾਰ ਕਰਦੇ ਆਂ ਤਿਰੰਗੇ ਦਾ ਕੋਈ ਇਹੋ ਜਿਹਾ અપਮਾਨ ਨਹੀਂ ਕੀਤਾ ਇਹ ਗੱਲ 26 ਨੂੰ ਹੋਇਆ 27 ਨੂੰ ਇੱਕ ਸਟੇਟਮੈਂਟ ਆਈ ਲਾਲ ਕਿਲੇ ਤੇ ਜਾਣ ਵਾਲੇ ਸਰਦਾਰ ਨਹੀਂ ਗਦਾਰ ਨੇ ਇਹ ਸੁਣੀ ਤੁਹਾਨੂੰ ਇਹਦੇ ਬਾਰੇ ਪਤਾ ਲੱਗਿਆ ਵੇਖੋ ਜੀ ਇਹ ਤਾਂ ਮੈਂ ਬਾਅਦ ਦੇ ਵਿੱਚ ਮੈਨੂੰ ਦੱਸਿਆ ਬਾਅਦ ਦੇ ਵਿੱਚ ਇਹ ਨੌਲੇਜ ਮੇਰੇ ਬਾਅਦ ਦੇ ਵਿੱਚ ਆਈ ਹੈ ਵੇਖੋ ਜੀ ਨਿਸ਼ਾਨ ਸਾਹਿਬ ਚਲਾਉਣ ਵਾਲੇ ਅਸਲ ਸਰਦਾਰ ਹੁੰਦੇ ਨੇ ਨਿਸ਼ਾਨ ਸਾਹਿਬ ਨੂੰ ਨਫ਼ਰਤ ਕਰਨ ਵਾਲੇ ਗਦਾਰ ਹੁੰਦੇ ਨੇ ਠੀਕ ਹੈ ਹਾਂਜੀ ਤੁਹਾਨੂੰ ਕਿ ਲੱਗਦਾ ਨਫ਼ਰਤ ਚੁੱਕਿਆ ਗਿਆ ਹਾਂਜੀ ਇਹ ਨਫ਼ਰਤ ਚੁੱਕਿਆ ਗਿਆ ਹੈ ਹਾਂਜੀ ਜਿਹੜੇ ਨਿਸ਼ਾਨ ਸਾਹਿਬ ਚਲਾਉਂਦੇ ਨੇ ਉਹ ਅਸਲ ਸਰਦਾਰ ਹੁੰਦੇ ਨੇ ਜਿਹੜੇ ਨਿਸ਼ਾਨ ਸਾਹਿਬ ਦੀ ਇੱਜ਼ਤ ਨਹੀਂ ਕਰਦੇ ਉਹਨੂੰ ਚੰਗਾ ਨਹੀਂ ਸਮਝਦੇ ਉਹ ਗਦਾਰ ਹੁੰਦੇ ਨੇ ਕੀ ਤੁਹਾਨੂੰ ਜਦੋਂ ਨਾਲ ਤੁਸੀਂ ਤਾਂ ਕਿਸਾਨੀ ਦਾ ਝੰਡਾ ਵੀ ਲਹਿਰਾ ਰਹੇ ਸੀ ਤੁਹਾਡੇ ਮਨ 'ਚ ਕੋਈ ਸ਼ੰਕਾ ਨਹੀਂ ਸੀਗਾ ਕਿ ਜਿਹੜੇ ਵੀ ਝੰਡੇ ਤੁਹਾਨੂੰ ਫੜਾਏਗੇ ਤੁਸੀਂ ਉਹ ਲਹਿਰਾਏ ਚਾਹੇ ਕੇਸਰੀ ਸੀ ਚਾਹੇ ਕਿਸਾਨੀ ਦਾ ਝੰਡਾ ਵੀ ਸੀਗਾ ਹਾਂਜੀ ਕਿਸਾਨੀ ਦਾ ਝੰਡਾ ਵੀ ਮੈਨੂੰ ਫੜਾਇਆ ਗਿਆ ਉਹ ਵੀ ਉੱਪਰ ਮੈਂ ਲਹਿਰਾਇਆ ਤੇ ਕੇਸਰੀ ਵੀ ਫੜਾਇਆ ਗਿਆ ਉਹ ਵੀ ਲਹਿਰਾਇਆ ਲਹਿਰਾਇਆ ਗਿਆ ਹਾਂਜੀ ਕੋਈ ਇਹੋ ਜੀ ਨਫ਼ਰਤ ਨਹੀਂ ਆਪਣੇ ਅੱਜ ਵੀ ਸਤਕਾਰ ਕਰਦੇ ਆਂ ਤਿਰੰਗੇ ਦਾ ਕੋਈ ਇਹੋ ਜਿਹਾ ਅਪਮਾਨ ਨਹੀਂ ਕੀਤਾ ਹਾਂਜੀ ਇਹ ਗੱਲਾਂ ਤੁਹਾਨੂੰ ਪਤਾ ਲੱਗੀਆਂ ਕਿ ਤੁਹਾਡੇ ਬਾਰੇ ਇਹ ਕਿਹਾ ਗਿਆ ਕਿ ਜੀ ਇਹ ਤਾਂ ਸਾਜ਼ਿਸ਼ ਸੀ ਬਹੁਤ ਵੱਡੀ ਪਹਿਲਾਂ ਗੁਰਪਤਵੰਤ ਪੰਨੂ ਨੇ ਕਿਹਾ ਹਾਂਜੀ ਫਿਰ ਝੰਡਾ ਲਹਿਰਾਇਆ ਲਹਿਰਾਤਾ ਕਿਸੇ ਨੇ ਇਹ ਸਾਰੀਆਂ ਗੱਲਾਂ ਆਪਸ ਜੁੜੀਆਂ ਹੋਈਆਂ ਨੇ ਐਨੇ ਪੈਸੇ ਪਤਵੰਤ ਗੁਰਪਤਵੰਤ ਪੰਨੂ ਨੇ ਲਾਨੇ ਸੀ ਉਹ ਪੈਸੇ ਆ ਗਏ ਹੋਣਗੇ ਹਾਂਜੀ ਇਹ ਪਤਾ ਲੱਗੀਆਂ ਤੁਹਾਨੂੰ ਇਹ ਸਾਜ਼ਿਸ਼ ਕੀ ਤੁਸੀਂ ਸਾਜ਼ ਫਿਰ ਤੁਸੀਂ ਇਹਦੇ ਬਾਰੇ ਸੋਚਿਆ ਕਦੇ ਕੁਝ ਕੀ ਐ ਕਿਉਂ ਕਿਹਾ ਗਿਆ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਸੋਚਿਆ ਨਾ ਹੀ ਪਤਾ ਹੀ ਇਹਦੇ ਬਾਰੇ ਹਾਂਜੀ ਕੁਈ ਤੁਹਾਡੇ ਮੰਚ 'ਚ ਮਤਲਬ ਕੋਈ 1 ਵੀ ਪਰਸੈਂਟ ਜਿਨ੍ਹਾਂ ਨੇ ਵੀ ਕੁਝ ਕਿਹਾ ਤੁਹਾਡੇ ਮੰਚ 'ਕੀ ਹੈ ਮਤਲਬ ਕਿਉਂਕਿ ਸੁਣਿਆ ਤਾਂ ਹੋਊ ਤੁਸੀਂ ਸਾਰਾ ਕੁਝ ਹਾਂਜੀ ਇਹ ਬਾਤ ਜੋ ਵਿੱਚ ਮੈਂ ਸੁਣਿਆ ਵਾਂ ਪਹਿਲਾਂ ਕੋਈ ਨਹੀਂ ਸੁਣਿਆ ਜੀ ਪਤਾ ਸੀ ਇਸ ਗੱਲ ਦਾ ਨਹੀਂ ਜੀ ਉਹਨਾਂ ਦਾ ਨਹੀਂ ਪਤਾ ਹਾਂਜੀ ਇਹ ਤਾਂ ਅਸੀਂ ਪਲਾਨ ਯਾਨੀਕਾ ਸੰਘਰਸ਼ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਆ ਕਿਸਾਨ ਦੇ ਬੇਟੇ ਆ ਕਿਸਾਨੀ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣ ਵਾਸਤੇ ਗਏ ਸੀ ਇਹ ਕੋਈ ਸ਼ਾਸਤਨਾ ਗਏ ਨਹੀਂ ਹੈ ਜੀ ਹਾਂਜੀ ਅ 26 ਨੂੰ ਇਹ ਝੰਡਾ ਲਹਿਰਾਇਆ ਉਸ ਤੋਂ ਬਾਅਦ ਤੁਸੀਂ ਫਿਰ ਕਿੱਥੇ ਕਿਉਂਕਿ ਜਦੋਂ ਹੋ ਗਿਆ ਉਸ ਤੋਂ ਬਾਅਦ ਤੁਸੀਂ ਧਰਨੇ ਚਾਏ ਪੰਜਾਬ ਆ ਗਏ ਅੰਡਰਗਰਾਉਂਡ ਲਾਈਫ ਚ ਜਾਂ ਰੂਪੋਸ ਤੁਸੀਂ ਕਿਵੇਂ ਰਹੇ ਉੱਥੋਂ ਫਿਰ ਕਿੱਥੇ ਗਏ ਤੁਸੀਂ ਉੱਥੋਂ ਜੀ ਵੇਖੋ ਜੀ ਮੈਂ ਤਾਂ ਅੰਡਰਗਰਾਉਂਡ ਤੁਹਾਨੂੰ ਪਤਾ ਹੀ ਹੈ ਲਾਈਫ ਕਿਵੇਂ ਬਿਤਾਉਣੀ ਪੈਂਦੀ ਹੈ ਮੈਂ ਤੇ ਆਪਣੀ ਲਾਈਫ ਦੇ ਵਿੱਚ ਅੰਡਰਗਰਾਉਂਡ ਅੰਡਰਗਰਾਉਂਡ ਰਹਿ ਆਵਾ ਆਪਣੇ ਪਰਿਵਾਰ ਦੇ ਨਾਲ ਹੀ ਜਿਥੇ-ਜਿਥੇ ਮੈਨੂੰ ਕੋਈ ਆਪਣਾ ਜਗ੍ਹਾ ਮਿਲਦੀ ਰਹੀ ਆ ਮੈਂ ਆਪਣੀ ਟਾਈਮ ਟਾਈਮ ਨੂੰ ਪਿੱਛੇ ਕੀਤਾ ਹੈ ਹਾਂਜੀ ਸਾਥ ਮਿਲਿਆ ਲੋਕਾਂ ਦਾ ਜਾਂ ਕਦੇ ਐ ਵੀ ਲੱਗਿਆ ਕਿ ਜਿਹੜੇ ਬਹੁਤ ਨੇੜੇ ਹੁੰਦੇ ਸੀ ਉਹ ਵੀ ਦੂਰ ਹੋ ਗਏ ਅ ਜਦੋਂ ਇਸ ਤਰ੍ਹਾਂ ਦੀ ਭੀੜ ਪੈਂਦੀ ਹੈਗੀ ਤੁਸੀਂ ਉਦੋਂ ਆਏ ਪੁਲਿਸ ਲੱਭ ਰਹੀ ਸੀ ਤੁਹਾਨੂੰ ਇਨਾਮ ਰੱਖਤਾ ਤੁਹਾਡੇ ਤੇ ਹਾਂਜੀ ਤਾਂ ਲੋਕਾਂ ਨੇ ਸਾਥ ਦਿੱਤਾ ਤੁਹਾਡਾ ਨਹੀਂ ਲੋਕਾਂ ਨੇ ਬਿਲਕੁਲ ਵਧੀਆ ਸਾਥ ਦਿੱਤਾ ਮੇਰੇ ਨਾਲ ਪਹਿਲਾਂ ਜਾਪਦਾ ਸੀ ਵੀ ਕੀ ਇਹ ਕੀ ਹੋਊਗਾ ਕਿਵੇਂ ਕਰੂੰਗਾ ਬਾਦ ਵਿੱਚ ਚਲੋ ਪਰਿਵਾਰ ਨੂੰ ਵੀ ਬਹੁਤ ਹੌਸਲਾ ਦਿੱਤਾ ਨਗਰ ਨੇ ਪੂਰੇ ਸੰਗਤ ਨੇ ਹੌਸਲਾ ਦਿੱਤਾ ਪਰਿਵਾਰ ਨੂੰ ਸਾਹਬਿਆ ਚਲੋ ਮੈਂ ਤਾਂ ਆਪਣੀ ਲਾਈਫ ਜੀ ਰਿਹਾ ਹਾਂ ਜਿੱਥੇ ਵੀ ਹੈਗਾ ਹਾਂ ਹਾਂਜੀ ਕਦੇ ਪਹਿਲਾਂ ਜ਼ਿੰਦਗੀ 'ਚ ਐ ਹੋਇਆਗਾ ਜਾਂ ਪਹਿਲੀ ਵਾਰ ਹੋਇਆ ਸੀ ਕਦੇ ਪਹਿਲਾਂ ਵੀ ਅੰਡਰਗਰਾਉਂਡ ਰਹੇ ਹੋ ਤੁਸੀਂ ਨਹੀਂ ਜੀ ਪਹਿਲੀ ਵਾਰ ਹੀ ਹੋਇਆ ਏ ਜੋ ਹੈ ਨਾ ਪਹਿਲੀ ਵਾਰ ਹੀ ਹਾਂਜੀ ਪਹਿਲਾਂ ਕਦੇ ਕਿਸੇ ਜਿਵੇਂ ਕਿਸੇ ਵੱਲ ਆਪਣਾ ਝੁਕਾਅ ਹੁੰਦਾਗਾ ਧਰਮ ਤੱਗੋ ਕੀ ਬੰਦਾ ਧਰਮ ਚੀ ਜੰਮਦਾ ਆਪਣੇ ਚ ਧਰਮ ਤੋਂ ਬਿਨਾ ਬਹੁਤ ਸਾਰੀਆਂ ਧਰਮ ਦੀਆਂ ਜਥੇਬੰਦੀਆਂ ਹੁੰਦੀਆਂ ਨੇ ਸੰਸਥਾਵਾਂ ਹੁੰਦੀਆਂ ਨੇ ਤੁਸੀਂ ਕਿਸੇ ਨਾਲ ਜੁੜੇ ਹੋਏ ਸੀ ਪਾਰਟਿਕੂਲਰ ਤੌਰ ਤੇ ਨਹੀਂ ਜੀ ਪਹਿਲਾਂ ਤੋਂ ਕਿਹੇ ਪਾਰਟੀ ਨਾਲ ਕਿਹੇ ਜਥੇਬੰਦੀ ਨਾਲ ਨਹੀਂ ਹੀ ਜੁੜੇ ਜੀ